ਲੱਗ ਲੱਗ ਕੇ ਫੂਕਤੀਆਂ ਈਵੀਐਮ ਮਸ਼ੀਨਾਂ ਵੋਟਾਂ ਦੌਰਾਨ, ਆ ਦੇਖੋ ਕੀ ਹੋ ਗਿਆ, ਇਹ ਵੱਡਾ ਕਾਂਡ ਹੋਇਆ। ਇਹ ਈਵੀਐਮ ਮਸ਼ੀਨਾਂ ਫੂਕ ਦਿੱਤੀਆਂ ਨੇ, ਪੈਟਰੋਲ ਪਾ ਕੇ ਨੌਜਵਾਨ ਇਹਨਾਂ ਨੂੰ ਅੱਗ ਲਾ ਜਾਂਦਾ ਹੈ, ਜਿਸ ਕਰਕੇ ਈਵੀਐਮ ਮਸ਼ੀਨਾਂ ਨੂੰ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਅਧਿਕਾਰੀ ਜਿਹੜੇ ਹੁੰਦੇ ਨੇ ਉਹ ਦੇਖਦੇ ਹੀ ਰਹਿ ਜਾਂਦੇ ਨੇ। ਨੇੜੇ ਪਏ ਵਾਟਰ ਕੂਲਰ ਜੋ ਕਿ ਪਾਣੀ ਪੀਣ ਦੇ ਲਈ ਮੰਗਾਇਆ ਗਿਆ ਸੀ, ਉਸ ਦੇ ਵਿੱਚੋਂ ਪਾਣੀ ਈਵੀਐਮ ਮਸ਼ੀਨਾਂ 'ਤੇ ਪਾਇਆ ਜਾਂਦਾ ਹੈ, ਜਿਸ ਕਰਕੇ ਅੱਗ ਬੁੱਝ ਜਾਂਦੀ ਹੈ। ਪਰ ਤੁਸੀਂ ਇਸ ਨੌਜਵਾਨ ਦਾ ਹੌਸਲਾ ਵੇਖੋ, ਕਿਵੇਂ ਪੈਟਰੋਲ ਪਾ ਕੇ ਅੱਗ ਲਾ ਗਿਆ ਹੈ ਮਸ਼ੀਨਾਂ ਨੂੰ। ਹਾਲਾਂਕਿ ਹੁਣ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਆਖਿਰਕਾਰ ਉਹ ਨੌਜਵਾਨ ਸੀ ਕੌਣ। ਮੌਕੇ 'ਤੇ ਈਵੀਐਮ ਮਸ਼ੀਨਾਂ ਨੂੰ ਜਿਹੜੀ ਅੱਗ ਲੱਗੀ ਸੀ ਉਹਨਾਂ 'ਤੇ ਕਾਬੂ ਪਾ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਅੱਜ ਤੀਜੇ ਪੜਾਅ 'ਚ ਵੋਟਿੰਗ ਹੋ ਰਹੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ। ਦੇਸ਼ ਦੇ ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਰਗੇ ਕੁਝ ਵੱਡੇ ਰਾਜਾਂ ਦੇ ਵਿੱਚ ਵੋਟਿੰਗ ਹੋ ਰਹੀ ਹੈ 2024 ਲੋਕ ਸਭਾ ਚੋਣਾਂ ਦੇ ਦੌਰਾਨ। ਤਾਂ ਦੱਸ ਦਈਏ ਕਿ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਹਾਰਾਸ਼ਟਰ ਦੇ ਸੋਲਾਪੁਰ ਦੀਆਂ, ਜਿੱਥੇ ਈਵੀਐਮ ਮਸ਼ੀਨਾਂ ਨੂੰ ਅੱਗ ਲਾ ਦਿੱਤੀ ਗਈ ਹੈ। ਮੌਕੇ 'ਤੇ ਵੱਡੇ ਅਧਿਕਾਰੀ ਵੀ ਮੌਜੂਦ ਸੀ। ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਪਰ ਨੌਜਵਾਨ ਨੇ ਹਾਲ ਤੱਕ ਆਪਣਾ ਮੂੰਹ ਨਹੀਂ ਖੋਲ੍ਹਿਆ ਕਿ ਆਖਿਰਕਾਰ ਹੈ ਕਿੱਥੋਂ ਦਾ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮਹਾਰਾਸ਼ਟਰ ਦੀਆਂ, ਜਿੱਥੇ ਈਵੀਐਮ ਮਸ਼ੀਨਾਂ ਨੂੰ ਅੱਗ ਲਾ ਦਿੱਤੀ ਗਈ ਹੈ ਪੂਰੀ ਤਰ੍ਹਾਂ। ਈਵੀਐਮ ਮਸ਼ੀਨਾਂ ਹਾਲਾਂਕਿ ਨਹੀਂ ਸੜੀਆਂ, ਪਰ ਅੱਗ ਲੱਗ ਚੁੱਕੀ ਸੀ। ਮੌਕੇ 'ਤੇ ਪਏ ਵਾਟਰ ਕੂਲਰ ਜਿਸ ਦੇ ਵਿੱਚੋਂ ਪਾਣੀ ਪੀਤਾ ਜਾਂਦਾ ਹੈ, ਉਸ ਦੇ ਵਿੱਚੋਂ ਪਾਣੀ ਕੱਢ ਕੇ ਅੱਗ ਬੁਝਾ ਲਈ ਗਈ, ਨਹੀਂ ਤਾਂ ਜਿਹੜੀਆਂ ਵੋਟਾਂ ਸਵੇਰ ਦੀਆਂ ਪੈ ਰਹੀਆਂ ਸੀ ਸਭ ਨਸ਼ਟ ਹੋ ਜਾਂਦਾ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮਹਾਰਾਸ਼ਟਰ ਦੇ ਸੋਲਾਪੁਰ ਦੀਆਂ, ਜਿੱਥੇ ਈਵੀਐਮ ਮਸ਼ੀਨਾਂ ਨੂੰ ਅੱਗ ਲਾ ਕੇ ਫੂਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਗ ਲਾ ਦਿੱਤੀ ਗਈ ਸੀ, ਪੈਟਰੋਲ ਛਿੜਕ ਕੇ ਅੱਗ ਲਾਈ ਗਈ ਆ। ਤਾਂ ਦੇਖੋ ਇਹ ਤਸਵੀਰਾਂ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ, ਅਤੇ ਤੁਹਾਡਾ ਕੀ ਕਹਿਣਾ, ਕੌਣ ਹੋਵੇਗਾ ਇਸ ਪਿੱਛੇ? ਈਵੀਐਮ ਮਸ਼ੀਨਾਂ ਨੂੰ ਅੱਗ ਲਗਾਉਣ ਪਿੱਛੇ ਕੀ ਕਿਸੇ ਸਿਆਸੀ ਪਾਰਟੀ ਦਾ ਹੱਥ ਹੋ ਸਕਦਾ ਹੈ, ਜਾਂ ਫਿਰ ਇਸ ਨੌਜਵਾਨ ਦੀ ਇਹ ਮਨਘੜਤ ਸ਼ਰਾਰਤ ਸੀ? ਕਮੈਂਟ ਕਰਕੇ ਜ਼ਰੂਰ ਦੱਸਿਓ। ਅੱਗ ਲਾ ਕੇ ਫੂਕਤੀਆਂ ਈਵੀਐਮ ਮਸ਼ੀਨਾਂ ਵੋਟਾਂ ਦੌਰਾਨ, ਆ ਦੇਖੋ ਕੀ ਹੋ ਗਿਆ, ਇਹ ਵੱਡਾ ਕਾਂਡ ਹੋਇਆ। ਈਵੀਐਮ ਮਸ਼ੀਨਾਂ ਫੂਕ ਦਿੱਤੀਆਂ ਨੇ, ਪੈਟਰੋਲ ਪਾ ਕੇ ਨੌਜਵਾਨ ਇਹਨਾਂ ਨੂੰ ਅੱਗ ਲਾ ਜਾਂਦਾ ਹੈ, ਜਿਸ ਕਰਕੇ ਈਵੀਐਮ ਮਸ਼ੀਨਾਂ ਨੂੰ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਅਧਿਕਾਰੀ ਜਿਹੜੇ ਹੁੰਦੇ ਨੇ ਉਹ ਦੇਖਦੇ ਹੀ ਰਹਿ ਜਾਂਦੇ ਨੇ। ਨੇੜੇ ਪਏ ਵਾਟਰ ਕੂਲਰ ਜੋ ਕਿ ਪਾਣੀ ਪੀਣ ਦੇ ਲਈ ਮੰਗਾਇਆ ਗਿਆ ਸੀ, ਉਸ ਦੇ ਵਿੱਚੋਂ ਪਾਣੀ ਈਵੀਐਮ ਮਸ਼ੀਨਾਂ 'ਤੇ ਪਾਇਆ ਜਾਂਦਾ ਹੈ, ਜਿਸ ਕਰਕੇ ਅੱਗ ਬੁੱਝ ਜਾਂਦੀ ਹੈ। ਪਰ ਤੁਸੀਂ ਇਸ ਨੌਜਵਾਨ ਦਾ ਹੌਸਲਾ ਵੇਖੋ, ਕਿਵੇਂ ਪੈਟਰੋਲ ਪਾ ਕੇ ਅੱਗ ਲਾ ਗਿਆ ਹੈ ਮਸ਼ੀਨਾਂ ਨੂੰ। ਹਾਲਾਂਕਿ ਹੁਣ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਆਖਿਰਕਾਰ ਉਹ ਨੌਜਵਾਨ ਸੀ ਕੌਣ। ਮੌਕੇ 'ਤੇ ਈਵੀਐਮ ਮਸ਼ੀਨਾਂ ਨੂੰ ਜਿਹੜੀ ਅੱਗ ਲੱਗੀ ਸੀ ਉਹਨਾਂ 'ਤੇ ਕਾਬੂ ਪਾ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਅੱਜ ਤੀਜੇ ਪੜਾਅ 'ਚ ਵੋਟਿੰਗ ਹੋ ਰਹੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ। ਦੇਸ਼ ਦੇ ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਰਗੇ ਕੁਝ ਵੱਡੇ ਰਾਜਾਂ ਦੇ ਵਿੱਚ ਵੋਟਿੰਗ ਹੋ ਰਹੀ ਹੈ 2024
ਲੋਕ ਸਭਾ ਚੋਣਾਂ ਦੇ ਦੌਰਾਨ। ਤਾਂ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਹਾਰਾਸ਼ਟਰ ਦੇ ਸੋਲਾਪੁਰ ਦੀਆਂ, ਜਿੱਥੇ EVM ਮਸ਼ੀਨਾਂ ਨੂੰ ਅੱਗ ਲਾ ਦਿੱਤੀ ਗਈ ਹੈ। ਮੌਕੇ 'ਤੇ ਵੱਡੇ ਅਧਿਕਾਰੀ ਵੀ ਮੌਜੂਦ ਸੀ। ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਪਰ ਨੌਜਵਾਨ ਨੇ ਹਾਲ ਤੱਕ ਆਪਣਾ ਮੂੰਹ ਨਹੀਂ ਖੋਲ੍ਹਿਆ ਕਿ ਆਖਿਰਕਾਰ ਹੈ ਕਿੱਥੋਂ ਦਾ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮਹਾਰਾਸ਼ਟਰ ਦੀਆਂ, ਜਿੱਥੇ EVM ਮਸ਼ੀਨਾਂ ਨੂੰ ਅੱਗ ਲਾ ਦਿੱਤੀ ਗਈ ਹੈ। ਪੂਰੀ ਤਰ੍ਹਾਂ EVM ਮਸ਼ੀਨਾਂ ਹਾਲਾਂਕਿ ਨਹੀਂ ਸੜੀਆਂ, ਪਰ ਅੱਗ ਲੱਗ ਚੁੱਕੀ ਸੀ। ਮੌਕੇ 'ਤੇ ਪਏ ਵਾਟਰ ਕੂਲਰ, ਜਿਸ ਦੇ ਵਿੱਚੋਂ ਪਾਣੀ ਪੀਤਾ ਜਾਂਦਾ ਹੈ, ਉਸ ਦੇ ਵਿੱਚੋਂ ਪਾਣੀ ਕੱਢ ਕੇ ਅੱਗ ਬੁਝਾ ਲਈ ਗਈ, ਨਹੀਂ ਤਾਂ ਜਿਹੜੀਆਂ ਵੋਟਾਂ ਸਵੇਰ ਦੀਆਂ ਪੈ ਰਹੀਆਂ ਸੀ ਸਭ ਨਸ਼ਟ ਹੋ ਜਾਂਦਾ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮਹਾਰਾਸ਼ਟਰ ਦੇ ਸੋਲਾਪੁਰ ਦੀਆਂ, ਜਿੱਥੇ EVM ਮਸ਼ੀਨਾਂ ਨੂੰ ਅੱਗ ਲਾ ਕੇ ਫੂਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਗ ਲਾ ਦਿੱਤੀ ਗਈ ਸੀ, ਪੈਟਰੋਲ ਛਿੜਕ ਕੇ ਅੱਗ ਲਾਈ ਗਈ ਆ। ਤਾਂ ਦੇਖੋ ਇਹ ਤਸਵੀਰਾਂ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ, ਅਤੇ ਤੁਹਾਡਾ ਕੀ ਕਹਿਣਾ, ਕੌਣ ਹੋਵੇਗਾ ਇਸ ਪਿੱਛੇ? EVM ਮਸ਼ੀਨਾਂ ਨੂੰ ਅੱਗ ਲਗਾਉਣ ਪਿੱਛੇ ਕੀ ਕਿਸੇ ਸਿਆਸੀ ਪਾਰਟੀ ਦਾ ਹੱਥ ਹੋ ਸਕਦਾ ਹੈ, ਜਾਂ ਫਿਰ ਇਸ ਨੌਜਵਾਨ ਦੀ ਇਹ ਮਨ ਘਣਤ ਸ਼ਰਾਰਤ ਸੀ? ਕਮੈਂਟ ਕਰਕੇ ਜ਼ਰੂਰ ਦੱਸਿਓ।